ਸਾਰੇ ਖਾਮੋਸ਼ੀ ਨਾਲ ਸੁਣੋ, ਨਿਆਜ਼ੇ ਹੁਸੈਨ ਲਫ਼ਜ਼ਾਂ ਤੇ ਤਵੱਜੋ ਹੋਵੇ। ਵਸਦੇ ਰਹੋ ਤੁਸਾਂ ਮਾਤਮੀਏ ਦਾ ਦਾਰ, ਇਹੋ ਦਰਦ ਰੋਵੈਂਦਾ ਏ ਚਿੱਟਾ ਨਹੀਂ ਹਾਂ ਉਜੜ ਗਈਆਂ ਨਲੀ ਦੀਆਂ ਧੀਆਂ। ਬਈ ਲਫ਼ਜ਼ਾਂ ਤੇ ਤਵੱਜੋ ਹੋ ਸੀ ਤਾਂ ਮੈਂ ਗੱਲ ਕਰੇ ਸਾਂ, ਮੀਡੀਏ ਦਾ ਦੌਰ ਏ, ਇਹ ਮੇਰੀ ਗੱਲ, ਇਹ ਬਹੁਤ ਬੜਾ ਹਜ਼ਾਰਾਂ ਦਾ ਮਜਮਾ ਅਜ਼ੀਮ ਇਜਤਮਾ ਏ, ਹਰ ਬੰਦਾ ਅਮਾਨਤ ਏ, ਇਹ ਸਵਾਲ ਮੇਰਾ ਅਮਾਨਤ ਹੈ ਜਿਹੜਾ ਮੈਂ ਕੀ ਕਰੇ ਨਾ। ਦੋ ਦਿਨ ਪਹਿਲੇ 6 ਮੁਹਰਮ 6 ਸਤੰਬਰ ਯੌਮੇ ਦਿਫਾਏ ਪਾਕਿਸਤਾਨ ਮਨਾਇਆ ਗਿਆ। ਸਾਡੇ ਮੁਲਕ ਦਾ ਬਹੁਤ ਬੜਾ ਅਜ਼ੀਮ ਕੌਮੀ ਹੀਰੋ ਮੇਜਰ ਅਜ਼ੀਜ਼ ਭੱਟੀ ਸ਼ਹੀਦ, ਮੈਂ ਉਹਦਾ ਜ਼ਿਕਰ ਕਰਾਂ ਤੁਸਾਂ ਖੁਸ਼ ਹੋ ਗਏ ਸੋ, ਜੋ ਸਾਡੇ ਮੁਲਕ ਦਾ ਸ਼ਹੀਦ ਏ, ਅਜ਼ੀਮ ਸਿਪਾਹੀ ਏ। ਅਗਰ ਉਹਦਾ ਜ਼ਿਕਰ ਮੈਂ ਹਿੰਦੁਸਤਾਨ ਵਿੱਚ ਵੰਨ ਕਰਾਂ, ਮੈਂ ਕੋਈ ਕਹਿ ਨਹੀਂ ਕਰਨ ਦੇਵਣਾ, ਕਿਉਂ ਜੋ ਉਸ ਦੁਸ਼ਮਣ ਦੇ ਮੁਲਕ ਦਾ ਸਤਿਆਨਾਸ਼ ਕੀਤਾ। ਉਹ ਆਖਣ ਬਈ ਇਹ ਤੁਹਾਡੇ ਮੁਲਕ ਦਾ ਹੀਰੋ ਇੱਥੇ ਜ਼ਿਕਰ ਨਾ ਕਰ। ਹਰ ਮੁਸਲਮਾਨ ਕੋਲੋਂ ਮੇਰਾ ਇਹੋ ਇੱਕੋ ਸਵਾਲ ਏ, ਅੱਲਾ ਦੇ ਨਾਂ ਤੇ ਦੱਸਾ ਤਾਂ ਸਹੀ ਤੇਰਾ ਕਿਆ ਵਿਗਾੜਿਆ ਹੁਸੈਨ ਗਰੀਬ, ਤੂੰ ਅਕਬਰ ਦੇ ਬਾਬੇ ਦਾ ਜ਼ਿਕਰ ਕਿਉਂ ਨਹੀਂ ਹੋਵਣ ਦੇਦਾ। ਵਸਦਾ ਪਿਆ ਮੁਲਕ ਖੁਦਾ ਦਾ, ਵਸਦੀ ਪਈ ਏ ਖੁਦਾਈ, ਉਜੜ ਗਈਆਂ ਤਾਲੀ ਦੀਆਂ ਧੀਆਂ। ਕਿਵੇਂ ਸਹਿਣ ਰੁੱਲੀਏ ਤੇ ਕੋ ਕਿਆ ਪਤਾ ਹੈ, ਤੇਰਾ ਲੱਗਿਆ ਕੁਝ ਨਹੀਂ ਆਉਂਦਾ ਬੱਚਿਆ ਕੁਝ ਨਹੀਂ। ਕਿਵੇਂ ਸਹਿਣ ਰੁੱਲੀਏ ਪਤਾ ਹੈ ਤੇਰਾ ਲੱਗਿਆ ਕੁਝ ਨਹੀਂ ਆਉਂਦਾ ਬੱਚਿਆ ਕੁਝ ਨਹੀਂ। ਉਹ ਘਰ ਬੈਠੇ ਮਿਲਿਆ ਤੇ ਲੱਗਿਆ ਕੁਝ ਨਹੀਂ ਆਉਂਦਾ ਬੱਚਿਆ ਕੁਝ ਨਹੀਂ। ਉਹ ਕਿਵੇਂ ਸਹਿਣ ਰੁੱਲੀਏ ਤੇ ਕੋ ਕਿਆ ਪਤਾ ਹੈ ਤੇਰਾ ਲੱਗਿਆ ਕੁਝ ਨਹੀਂ ਜੀਓ ਬੱਚਿਆ ਕੁਝ। ਉਹ ਕਿਵੇਂ ਸਹਿਣ ਰੁੱਲੀਏ ਪਤਾ ਹੈ ਤੇਰਾ ਲੱਗਿਆ ਕੁਝ ਨਹੀਂ ਆਉਂਦਾ ਬੱਚਿਆ ਕੁਝ ਨਹੀਂ। ਉਹ ਕਿਵੇਂ ਸਹਿਣ ਰੁੱਲੀਏ ਤੇ ਕੋ ਕਿਆ ਪਤਾ ਹੈ ਤੇਰਾ ਲੱਗਿਆ ਕੁਝ ਨਹੀਂ ਆਉਂਦਾ ਬੱਚਿਆ ਕੁਝ ਨਹੀਂ। ਉਹ ਕਿਵੇਂ ਸਹਿਣ ਰੁੱਲੀਏ ਪਤਾ ਹੈ ਤੇਰਾ ਲੱਗਿਆ ਕੁਝ ਨਹੀਂ ਆਉਂਦਾ ਬੱਚਿਆ ਕੁਝ ਨਹੀਂ। ਖੁਸ਼ੀਆਂ ਮਨਾਵੇ ਤੂੰ ਆਪਣੇ ਪੁੱਤਰਾ ਕੋ ਸਿਹਰ ਪਾਵੇ, ਗਮ ਕਿਉਂ ਕਰੇ ਸੇ ਤੇਰਾ ਰਿਸ਼ਤਾ ਕਿਆ ਹੈ, ਤੇਰਾ ਲੱਗਿਆ ਕੁਝ ਨਹੀਂ ਹੁੰਦਾ ਬੱਚਿਆ ਕੁਝ ਨਹੀਂ। ਉਹ ਕਿਵੇਂ ਸਹਿਣ ਰੁੱਲੀਏ ਕਿਆ ਪਤਾ ਹੈ ਤੇਰਾ ਲੱਗਿਆ ਕੁਝ ਨਹੀਂ ਹੁੰਦਾ ਬੱਚਿਆ ਕੁਝ ਨਹੀਂ। ਉਹ ਕਿਵੇਂ ਸਹਿਣ ਰੁੱਲੀਏ ਤੈਨੂੰ ਕਿਆ ਪਤਾ ਹੈ ਤੇਰਾ ਲੱਗਿਆ ਕੁਝ ਨਹੀਂ ਹੁੰਦਾ ਬੱਚਿਆ ਕੁਝ ਨਹੀਂ। ਉਹ ਕਿਵੇਂ ਸਹਿਣ ਰੁੱਲੀਏ ਤੈਨੂੰ ਕਿਆ ਪਤਾ ਹੈ ਤੇਰਾ ਲੱਗਿਆ ਕੁਝ ਨਹੀਂ ਹੁੰਦਾ ਬੱਚਿਆ ਕੁਝ ਨਹੀਂ। ਉਹ ਕਿਵੇਂ ਸਹਿਣ ਰੁੱਲੀਏ ਤੈਨੂੰ ਕਿਆ ਪਤਾ ਹੈ ਤੇਰਾ ਲੱਗਿਆ ਕੁਝ ਨਹੀਂ ਹੁੰਦਾ ਬੱਚਿਆ ਕੁਝ ਨਹੀਂ। ਉਹ ਕਿਵੇਂ ਸਹਿਣ ਰੁੱਲੀਏ ਤੈਨੂੰ ਕਿਆ ਪਤਾ ਹੈ ਤੇਰਾ ਲੱਗਿਆ ਕੁਝ ਨਹੀਂ ਹੁੰਦਾ ਬੱਚਿਆ ਕੁਝ ਨਹੀਂ। ਉਹ ਕਿਵੇਂ ਸਹਿਣ ਰੁੱਲੀਏ ਅੱਲਾ ਇੱਕ ਜੁਮਲਾ ਤਬਲੀਗ ਦਾ ਸੁਣਾਵਾਂ, ਭਾਵੇਂ ਸ਼ੀਆ ਮੌਜ਼ੇ ਨਾ ਅਜ਼ਾਨ ਦੇਵੇ, ਭਾਵੇਂ ਅਹਿਲੇ ਸੁਨਤ ਮੌਜ਼ੇ ਨਾ ਅਜ਼ਾਨ ਦੇਵੇ, ਅਜ਼ਾਨ ਅੱਲਾਹ ਦੀ ਹੈ। ਜਦਾਂ ਸ਼ੀਆ ਸੁਨੀ ਦੇ ਘਰ ਅਜ਼ਾਨ ਦੀ ਆਵਾਜ਼ ਵੈਂਦੀ ਹੈ, ਮੌਜ਼ੇ ਨਾ ਦਾ ਅੱਲਾਹੁ ਅਕਬਰ, ਭਾਵੇਂ ਸ਼ੀਆ ਦੀ ਧੀ ਹੋਵੇ ਭਾਵੇਂ ਅਹਿਲੇ ਸੁਨਤ ਦੀ ਧੀ, ਵਿਹੜੇ ਚ ਜਿੱਥ ਕੰਮ ਪਈ ਕਰੇਂਦੀ ਹੋਵੇ ਅੱਲਾਹੁ ਅਕਬਰ ਦੀ ਆਵਾਜ਼ ਕੰਨਾਂ ਤੇ ਆਵੇ, ਸ਼ਰੀਫ ਦਾ ਦਾਰੋ ਜਲਦੀ ਜਲਦੀ ਚਾਦਰ ਸੰਭਾਲਣ ਪਏ ਵੈਂਦੀ। ਡਾਢੀ ਗਰਮੀ ਜ਼ਰੂਰ ਏ ਲੇਕਿਨ ਹੈ ਕਰਕੇ ਜਵਾਬ ਦਿਵਾਏ, ਅੱਲਾ ਜਾਣਦਾ 15 ਹਜ਼ਾਰ ਅਲੀ ਦੀ ਧੀ ਸ਼ਾਮ ਦੇ ਬਾਜ਼ਾਰ ਸੁਣੀ। ਮੁਅੱਜ਼ਨਾ ਦਾ ਅੱਲਾਹੁ ਅਕਬਰ, ਬੀਬੀਆ ਦੀ ਆਈ ਮੁਹੰਮਦ ਦੀ ਧੀ, ਅਜ਼ਾਨ ਦਾ ਲਾਜ਼ਾ ਚਾਦਰ ਦੇਵੋ। ਅਜ਼ਾਨ ਮੁਖਸੀ ਆਪੇ ਵਲਾ ਦੇ ਸਾਂ, ਇਹੋ ਦਰਦ ਰਵੈਂਦਾ ਬਚ ਗਈਆਂ ਨਜ਼ਾਨਾ, ਰੁੱਲ ਗਈਆਂ ਅਲੀ ਦੀਆਂ ਧੀਆਂ। ਅਜ਼ਾਨ ਸੁਣ ਕੇ ਸਾਰੇ ਚਾਦਰ ਜੁੜੇਂਦੀ, ਆਜ਼ਾਨ ਸੁਣ ਕੇ ਸਰਹੇ ਕਹਿੰਦੀ ਤਰਦੀ ਹੈ ਆਪਣੀ ਚਾਦਰ ਜੁੜੇਂਦੀ। ਹੋ ਧੀਆਂ ਤੜਿਆ ਤੋਂ ਗਈ ਮਿਲ ਰਿਦਾ ਏ, ਤੜਿਆ ਤੋਂ ਗਈ ਮਿਲ ਰਿਦਾ ਏ, ਤੜਾ ਲੱਗਿਆ ਕੁਝ ਨਹੀਂ
ਦਾ ਬੱਚਿਆ ਕੁਝ ਨਹੀਂ ਉਹ ਕਿਵੇਂ ਸਹਿਣ ਰੁੱਲੀਏ ਕਿਵੇਂ ਸਹਿਣ ਰੁੱਲੀਏ ਜੈ ਵੇਲੇ ਪੜ੍ਹਦਾ ਸਵਾਲ ਹੈ ਮੈਦਾਨ ਜੈ ਵੇਲੇ ਪੜ੍ਹਦਾ ਰੱਬ ਦਾ ਕੁਰਾਨ ਜ਼ਰਾ ਸੋਚਿਆ ਕਰ ਕਹਿੰਦਾ ਇਹਸਾਨ ਕੁਰਾਨ ਨੇ ਲੈ ਤੈ ਕਹਿ ਪੜਿਆ ਏ ਕੁਝ ਨਹੀਂ ਦਾ ਬੱਚਿਆ ਕੁਝ ਨਹੀਂ ਆ ਕਿਵੇਂ ਸਹਿਣ ਰੁੱਲੀਏ ਤੈਨੂੰ ਕਿਆ ਪਤਾ ਹੈ ਤੈਨੂੰ ਲੱਗਿਆ ਕੁਝ ਨਹੀਂ ਉਹਦਾ ਬੱਚਿਆ ਹੋਏ